ਹੈਲੋ ਗਾਈਜ਼, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ? ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਇਹ ਹੈਗਾ ਵੀਡੀਓ ਦਾ ਚੈਪਟਰ 2। ਚੈਪਟਰ 1 ਆਲਰੇਡੀ ਮੈਂ ਅਪਲੋਡ ਕਰਤਾ ਸੀਗਾ, ਜਿਹਨੇ ਨਹੀਂ ਵੇਖਿਆ ਉਹ ਜਾ ਕੇ ਦੇਖ ਲਵੇ। ਚਲੋ ਫਿਰ ਅੱਜ ਦਾ ਵਲੌਗ ਕਰਦੇ ਹਾਂ ਸਟਾਰਟ। ਆਪਾਂ ਇਹ ਹੈਗਾ ਜੀ ਸਾਹਮਣੇ ਡੂਕ ਆਫ ਯੋਰਕ ਕੋਲਮ ਮੋਨੂਮੈਂਟ, ਜੋ ਕਿ ਰੀਜੈਂਟ ਸਟਰੀਟ ਦੇ ਐਂਡ ਪੁਆਇੰਟ 'ਤੇ ਲੋਕੇਟਿਡ ਹੈਗਾ ਇਹ ਲੰਡਨ 'ਚ। ਅਤੇ ਇਹਦੀ ਹਾਈਟ ਹੈਗੀ ਹੈ ਨੀਅਰ ਅਬਾਊਟ 137 ਫੁੱਟ। ਇਹ ਮੋਨੂਮੈਂਟ ਡੈਡੀਕੇਟਿਡ ਹੈਗਾ ਹੈ ਜੀ ਪ੍ਰਿੰਸ ਫਰੈਡਰਿਕ ਡਿਊਕ ਆਫ ਯੋਰਕ, ਜੋ ਕਿ ਕਿੰਗ ਜੋਰਜ 3 ਦਾ ਦੂਜਾ ਮੁੰਡਾ ਸੀਗਾ। ਚਲੋ ਫਿਰ ਹੁਣ ਆਪਾਂ ਅੱਗੇ ਵੱਧਦੇ ਹਾਂ ਵੀਡੀਓ 'ਚ। ਹੁਣ ਮੈਂ ਚੱਲਾਂ ਵਾਂ ਦੀ ਹਾਊਸ ਹੋਲਡ ਕੈਵਲਰੀ ਮਿਊਜ਼ੀਅਮ, ਜੋ ਕਿ ਸਾਹਮਣੇ ਹੈਗਾ। ਚਲੋ ਚੱਲਦੇ ਹਾਂ। ਜੇ ਕੋਈ ਇਹਨੂੰ ਅੰਦਰੋਂ ਵਿਜ਼ਿਟ ਕਰਨਾ ਚਾਹੁੰਦਾ ਹੈ ਤਾਂ ਇਹਦੀ ਟਿਕਟ ਹੈਗੀ ਆ ਐਡਲਟਸ ਦੀ ਹੈਗੀ ਆ 10 ਪੌਂਡ ਅਤੇ ਬੱਚਿਆਂ ਦੀ 8 ਪੌਂਡ। ਅਤੇ ਜੇ ਤੁਸੀਂ ਫੈਮਿਲੀ ਟਿਕਟ ਲੈਣੀ ਹੈ ਅਤੇ 2 ਅਡਲਟ ਅਤੇ 3 ਚਿਲਡਰਨ, ਅਤੇ ਉਹਦੀ ਹੈਗੀ ਨੀਅਰ ਅਬਾਊਟ 27 ਪੌਂਡ 50 ਸੈਂਟ। ਇਹ ਜਗ੍ਹਾ ਨੂੰ ਹੋਰਸ ਗਾਰਡਸ ਬਿਲਡਿੰਗ ਵੀ ਕਹਿੰਦੇ ਆ। ਉਹ ਤੁਹਾਨੂੰ ਮੈਂ ਦਿਖਾਉਂਦਾ ਵਾਂ ਇਹਨੂੰ ਹੋਰਸ ਗਾਰਡ ਬਿਲਡਿੰਗ ਕਿਉਂ ਕਹਿੰਦੇ ਆ। ਆ ਚੈੱਕ ਕਰੋ, ਆ ਸਾਹਮਣੇ ਗਾਰਡਸ ਖਲੋਤੇ ਨੇ ਘੋੜਿਆਂ 'ਤੇ। ਫੋਟੋਆਂ ਖਿਚਾ ਸਕਦੇ ਹੋ ਤੁਸੀਂ ਇੱਥੇ, ਪਰ ਧਿਆਨ ਨਾਲ, ਇਹਨਾਂ ਨੇ ਵਾਰਨਿੰਗ ਵੀ ਲਿਖੀ ਹੁੰਦੀ ਹੈ ਕਿ ਘੋੜਾ ਲੱਤ ਵੀ ਮਾਰ ਸਕਦਾ ਹੈ, ਅਤੇ ਉਹ ਤੁਸੀਂ ਆਪਣੇ ਰਿਸਕ 'ਤੇ ਖਿਚਾਉਣੀ ਫੋਟੋਆਂ। ਜਗ੍ਹਾ ਇੱਦਾਂ ਦੀ ਲੱਗਦੀ ਹੈ। ਇਹ ਸਟੈਚੂ ਹੈਗਾ ਹੈ ਜੀ ਚੀਫ ਕਮਾਂਡਰ ਆਫ ਦੀ ਬ੍ਰਿਟਿਸ਼ ਆਰਮੀ। ਆ ਸਟਰੀਟ ਦਾ ਨਾਮ ਹੈ ਵਾਈਟ ਹਾਲ ਸਟਰੀਟ, ਅਤੇ ਇਸੇ ਸਟਰੀਟ 'ਤੇ ਅੱਗੇ ਜਾ ਕੇ ਆਉਂਦਾ ਹੈ ਦੀ ਨੈਸ਼ਨਲ ਗੈਲਰੀ, ਐਂਡ ਉਹਦੇ ਫਰੰਟ 'ਤੇ ਹੈਗਾ ਹੈ ਟ੍ਰਾਫਲਗਰ ਸਕੁਆਇਰ ਕੋਲਮ। ਚਲੋ ਤੁਹਾਨੂੰ ਦਿਖਾਉਂਦੇ ਹਾਂ, ਹੁਣ ਚੱਲਦੇ ਹਾਂ ਆਪਾਂ ਅੱਗੇ ਨੂੰ। ਆ ਚੈੱਕ ਕਰੋ ਤੁਸੀਂ ਬਿਲਡਿੰਗ ਦਾ ਡਿਜ਼ਾਈਨ, ਚੈੱਕ ਕਰੋ। ਇੱਦਾਂ ਇੱਥੇ ਸਾਈਟ ਸੀਇੰਗ ਬੱਸਾਂ ਵੀ ਚੱਲਦੀਆਂ ਲੰਡਨ ਦੀਆਂ, ਇਹਨਾਂ ਦੀ ਟਿਕਟ ਹੁੰਦੀ ਹੈ ਅਲੱਗ ਤੋਂ। ਸਾਹਮਣੇ ਜਿੱਦਾਂ ਜਾ ਰਹੀ ਆ ਉਹ ਓਪਨ ਹੁੰਦੀ ਹੈ,
ਜੇ ਤੁਸੀਂ ਇਹਨਾਂ 'ਚ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਟਿਕਟ ਲੈ ਸਕਦੇ ਹੋ ਇਹਦੀ। ਬਾਕੀ ਇਹ ਏਰੀਏ 'ਚ ਮੈਂ ਮੋਸਟਲੀ ਡਬਲ ਡੈਕਰ ਬੱਸਾਂ ਹੀ ਵੇਖੀਆਂ ਚੱਲਦੀਆਂ। ਇੱਥੇ ਥੋੜ੍ਹਾ ਸ਼ੋਰ ਸੀਗਾ ਕਿਉਂਕਿ ਕੰਸਟਰਕਸ਼ਨ ਚੱਲਦੀ ਸੀ ਉੱਧਰ ਬਿਲਡਿੰਗ 'ਚ। ਹਾਂਜੀ, ਇਹ ਕੋਲਮ ਨੂੰ ਕਹਿੰਦੇ ਆ ਇਹ ਟ੍ਰਾਫਲਗਰ ਸਕੁਆਇਰ। ਹਾਂਜੀ, ਆ ਸਾਹਮਣੇ ਹੈ ਦੀ ਨੈਸ਼ਨਲ ਗੈਲਰੀ ਜਿਹਨੂੰ ਕਿ ਆਰਟ ਮਿਊਜ਼ੀਅਮ ਵੀ ਕਹਿੰਦੇ ਆ। ਐਂਟਰੀ ਇਹਦੀ ਫ੍ਰੀ ਹੈ, ਦਿਖਾਉਂਦੇ ਹਾਂ ਤੁਹਾਨੂੰ ਅੰਦਰੋਂ ਵੀ ਆਰਟ ਮਿਊਜ਼ੀਅਮ। ਬਾਕੀ ਜੇ ਕੋਈ ਸਾਈਕਲ ਚਲਾਉਣ ਦਾ ਸ਼ੌਕੀਨ ਹੈ ਅਤੇ ਜਿੱਦਾਂ ਇਹ ਸਾਈਕਲ ਖਲੋਤੀ ਹੈ ਇਹਦਾ ਜਸਟ ਕਿਊ ਆਰ ਕੋਡ ਸਕੈਨ ਕਰੋ ਅਤੇ 10 ਮਿੰਟ ਲਈ ਫ੍ਰੀ ਹੈ ਇਹ। ਉਸ ਤੋਂ ਬਾਅਦ 19 ਸੈਂਟ ਲੱਗਣੇ ਨੇ ਤੁਹਾਡੇ ਬੈਂਕ ਅਕਾਊਂਟ 'ਚੋਂ। ਵਧੀਆ ਹੈ, ਸਿਟੀ 'ਚ ਸਾਈਕਲ ਚਲਾਓ ਅਤੇ ਲੋ ਨਜ਼ਾਰੇ। ਹਾਂਜੀ, ਫਿਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਬੰਦੇ ਦਾ ਗਾਣਾ, ਸੋਹਣਾ ਗਾ ਰਿਹਾ ਸੀ। ਅਤੇ ਆਪਾਂ ਹੁਣ ਚੱਲਦੇ ਹਾਂ ਅੰਦਰ ਨੂੰ ਗੈਲਰੀ ਦੇ ਸਾਹਮਣੇ। ਅੰਬੈਸੀ ਹੈ ਕੈਨੇਡਾ ਦੀ। ਹੁਣ ਮੈਂ ਆ ਗਿਆ ਵਾਂ ਅੰਦਰ ਸਿਕਿਉਰਿਟੀ ਚੈੱਕ ਕਰਵਾ ਕੇ। ਇੱਦਾਂ ਇੱਥੇ ਸ਼ੋਪਸ ਵੀ ਨੇ ਇਸ ਮਿਊਜ਼ੀਅਮ 'ਚ। ਨੀਅਰ ਅਬਾਊਟ 2300 ਪੇਂਟਿੰਗਸ ਹੋਣਗੀਆਂ ਰੱਖੀਆਂ ਇਹਨਾਂ ਨੇ, ਵੱਖ ਵੱਖ ਥਾਵਾਂ 'ਤੇ ਲਾਈ ਹੋਈ ਹੈ। ਪਰ ਮੈਨੂੰ ਇੰਨੀ ਨੌਲੇਜ ਹੈ ਨਹੀਂ ਪੇਂਟਿੰਗਾਂ ਦੇ ਬਾਰੇ, ਅਤੇ ਮੈਂ ਜਸਟ ਵੀਡੀਓ ਬਣਾਈ ਹੈ। ਬਾਕੀ ਤੁਸੀਂ ਇੱਥੇ ਟੂਰ ਗਾਈਡ ਵੀ ਕਰ ਸਕਦੇ ਹੋ,
ਪਰ ਉਹਦੀ ਚਾਰਜਸ ਹੈਗੇ ਆ। ਆ ਚੈੱਕ ਕਰੋ, ਇੱਦਾਂ ਇੱਥੇ ਹਰੇ ਵੋਲ 'ਤੇ ਪੇਂਟਿੰਗਸ ਲੱਗੀਆਂ ਹੋਈਆਂ ਨੇ, ਕਾਫੀ ਰਸ਼ ਸੀ ਇੱਥੇ, ਜਿਹੜੇ ਬੰਦੇ ਆਰਟ ਦੇ ਦੀਵਾਨੇ ਨੇ ਅਤੇ ਵਧੀਆ ਹੈ ਉਹਨਾਂ ਲਈ। ਮੈਂ ਕਰ ਲਿਆ ਸੀ ਆਰਟ ਮਿਊਜ਼ੀਅਮ ਤੋਂ ਐਗਜ਼ਿਟ। ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦੀ ਲੱਗੀ ਨੈਸ਼ਨਲ ਗੈਲਰੀ। ਚਲੋ ਓਕੇ ਗਾਈਜ਼, ਆ ਮੈਂ ਵਲੋਗ ਇੱਥੇ ਹੀ ਕਰਦਾ ਵਾਂ ਐਂਡ। ਹੁਣ ਤੁਹਾਨੂੰ ਮਿਲਦੇ ਹਾਂ ਚੈਪਟਰ 3 'ਚ, ਉਹਦੇ 'ਚ ਤੁਹਾਨੂੰ ਦਿਖਾਉਂਦਾ ਵਾਂ ਹੁਣ ਮੈਂ ਲੰਡਨ ਆਈ।